ਇਸ਼ਕ ਅਵਲਣਾ ਰੋਗ ਪਿਆਰੇ ਕੀਤਾ ਇੱਥੇ ਭੋਗ ਪਿਆਰੇ ਜਿਉਂ ਜਿਉਂ ਇਸ਼ਕ ਨੂੰ ਪਾਣੀ ਮਿਲਿਆ ਹੋ ਜਾਵੇਗਾ ਭੋਗ ਪਿਆਰੇ ਹੋਕੇ ਹਾਵਾਂ ਇਸ਼ਕ ਦਾ ਜ਼ੇਵਰ ਨਾ ਕਰ ਏਡਾ ਸੋਗ ਪਿਆਰੇ ਹੋਕੇ ਹਾਵਾਂ ਇਸ਼ਕ ਦਾ ਜ਼ੇਵਰ ਨਾ ਕਰ ਏਡਾ ਸੋਗ ਪਿਆਰੇ ਤੇ ਅੱਜ ਬਾਜ਼ਾਰੇ ਨਜ਼ਰ ਨਹੀਂ ਆਉਂਦੇ ਕਿੱਥੇ ਗਏ ਉਹ ਲੋਕ ਪਿਆਰੇ ਕੀ ਬਾਤ ਮੈਂ ਸੈਯਦ ਦਲਦਾਰ ਸ਼ਾਹ ਠੱਟੀ ਬਲੋਚ ਤੋਂ ਉਹਨਾਂ ਕੇ ਗੁਜ਼ਾਰਿਸ਼ ਕਰਾਂਗਾ ਅਸਟੇਜ ਦੀ ਜ਼ੀਨਤ ਬਣਨਗੇ ਅਕੀਦਤ ਦੇ ਫੁੱਲ ਚਾਵਲ ਕਰਨਗੇ ਤੇ ਇਸ ਮੁਕਾਬਲੇ ਦੀ ਲਿਸਟ ਦੇ ਵਿੱਚ ਜਨਾਬ ਸੈਯਦ ਦਲਦਾਰ ਸ਼ਾਹ ਠੱਟੀ ਬਲੋਚ ਸ਼ੇਰ ਪੰਜ ਲੈਣਾ ਪਰ ਇਹਦੇ ਚ ਮੈਂ ਤਿੰਨ ਲੈਣਾ ਪੜ ਲਿਆ ਕਾਜ਼ੀ ਪੜਨੇ ਕਾਤ ਪਿੰਡ ਦੇ ਵਿੱਚ
ਨੂੰ ਲੈ ਬਗੇ ਓਏ ਚੋਰ ਮੀਆਂ ਵਾਰਸ ਸ਼ਾਹ ਹੱਕ ਰਾਜਣੇ ਦਾ ਸ਼ਾਹ ਜੀ ਦੇ ਨਾਂ ਦੀਆਂ ਜ਼ਰਾ ਤਾੜੀਆਂ ਮਾਰੋ। ਪਤਾ ਗੱਲ ਕੀ ਹੁੰਦੀ ਉਹ ਸੱਜਣੋ, ਇਹ ਕਵਾਲ ਨਾਥ ਖਾਂ ਪੜ੍ਹਨ ਵਾਲੇ ਲੋਕ, ਇਹ ਪੀਰ ਫਕੀਰ ਪਤਾ ਇਹਨਾਂ ਨੂੰ ਕਿਉਂ ਸੱਦਦੇ? ਇਹ ਨਹੀਂ ਹੁੰਦਾ ਕਿ ਪੀਰਾਂ ਫਕੀਰਾਂ ਨੂੰ ਪਤਾ ਨਹੀਂ ਹੁੰਦਾ ਜਾਂ ਉਹਨਾਂ ਦੇ ਪੜ੍ਹਨ ਵਾਲਿਆਂ ਨੂੰ ਪਤਾ ਨਹੀਂ ਹੁੰਦਾ, ਉਹ ਸੱਦਦੇ ਇਸ ਤੋਂ ਉਹਨੇ ਜ਼ਰਾ ਦਰਦ ਨਾਲ ਪੜ੍ਹੇਗਾ ਅਤੇ ਯਾਰ ਨਾਲ ਮਿਲਣਾ ਹੈ। ਇਹ ਸ਼ਾਹਰਾਂ ਨੂੰ ਰੱਬ ਨੇ ਦਰਦ ਦਿੱਤਾ ਫਿਰ ਤਾੜੀਆਂ ਮਾਰੋ ਜ਼ਰਾ। ਇਹ ਸੈਦ ਪਾਤਸ਼ਾਹ ਇਸ ਵਾਸਤੇ ਤੁਹਾਨੂੰ ਗੱਲ ਕੀਤੀ, ਸੈਦ ਦਾ ਹਯਾ ਸਾਡੇ ਤੇ ਵਾਜਬ ਹੈ। ਸ਼ਾਹ ਜੀ ਤੁਹਾਡੇ ਅੱਲਾਹ ਤੁਹਾਨੂੰ ਤੰਦਰੁਸਤੀ ਦੇ। ਲਓ ਜੀ, ਸਾਡੇ ਦਰਮਿਆਨ ਕੁਝ ਮੁਹਤਰਮ ਹਸਤੀਆਂ ਤਸ਼ਰੀਫ ਫਰਮਾ ਨੇ, ਜਿਹੜੀਆਂ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਅੱਜ ਦੇ ਮੇਲਾ ਸਜਾਉਣ ਦੇ ਵਿੱਚ। ਅਤੇ ਦੇਖੋ ਨਾ, ਸਭ ਤੋਂ ਪਹਿਲੇ ਤਾਂ ਅਸੀਂ ਇਹ ਮਰਦੇ ਮੈਦਾਨ ਜਿਹੜਾ ਤੁਹਾਡੇ ਸਾਹਮਣੇ ਸ਼ਾਹ ਦਿਵਰਾਨ ਮਾਰਤ ਸਾਹਿਬ, ਡਿਪਟੀ ਕਮਿਸ਼ਨਰ ਸ਼ੇਖੂਪੁਰਾ ਸਾਹਿਬ, ਇਹ ਏਡੇ ਸ਼ਫੀਕ ਨੇ। ਇੱਕ ਆਮ ਬੰਦਾ ਇਹਨਾਂ ਨਾਲ ਗੱਲ ਕਰੇ ਨਾ ਅਤੇ ਬੜੀ ਤਵੱਜੋ ਨਾਲ ਸੁਣਦੇ ਨੇ। ਇਹਨਾਂ ਦਾ ਇਹ ਉਸਨੇ ਅਖਲਾਕ ਬਹੁਤ ਸਾਨੂੰ ਪਸੰਦ ਆਇਆ। ਮਲੰਗਾ ਦਾ ਵੀ ਉਹਨਾਂ ਹਯਾ ਕੀਤਾ ਕਿ ਪੀਰ ਸਰਕਾਰ ਦੇ ਦਰਬਾਰ 'ਤੇ ਆਏ ਨੇ ਅਤੇ ਸਾਡੇ ਪ੍ਰਾਹੁਣੇ ਨੇ। ਅਤੇ ਡਿਪਟੀ ਕਮਿਸ਼ਨਰ ਸਾਹਿਬ ਦੇ ਨਾਂ ਦੀਆਂ ਕਰਾਂ ਸਾਰੇ ਤਾੜੀਆਂ ਮਾਰੇ। ਉਸ ਤੋਂ ਬਾਅਦ ਵੇਖੋ, ਸਹੀਦ ਵਾਰਿਸ ਸ਼ਾਹ ਸਰਕਾਰ ਦਾ ਕਰਮ ਹੈ ਕਿ ਉਹ ਇਹਨਾਂ ਦੇ ਹੱਥ 'ਚ ਜਾਂ ਉਹਨਾਂ ਦੇ ਦਿਲ 'ਚ ਜਾਂ ਜ਼ਿਹਨ 'ਚ ਸੋਚ ਦੇਵੇ, ਫਕੀਰ ਦਾ ਕਰਮ ਹੁੰਦਾ। ਅਤੇ ਜਨਾਬ ਮੀਆਂ ਮੁਹੰਮਦ ਨਜ਼ੀਰ ਸਾਹਿਬ ਜਿਹੜੇ ਨੇ ਦਿਨ ਰਾਤ ਮੌਜੂਦ ਰਹੇ ਨੇ, ਜਿਹੜੇ ਕਿ ਚੇਅਰਮੈਨ ਨੇ ਉਸ ਕਮੇਟੀ, ਮੈਨੇਜਮੈਂਟ ਕਮੇਟੀ ਦੇ, ਉਹਨਾਂ ਦੇ ਨਾਂ ਦੀਆਂ ਵੀ ਖਬਰਾਂ ਤਾੜੀਆਂ ਮਾਰੋ। ਉਸ ਤੋਂ ਬਾਅਦ ਵੇਖੋ, ਤੁਹਾਡੇ ਸਾਹਮਣੇ ਐਸ ਇਨਾਇਤ ਸੰਧੂ ਸਾਹਿਬ ਜਿਹੜੇ ਸਾਡੇ ਸੀਓ ਡਿਸਟ੍ਰਿਕਟ ਪੁਲਿਸ ਸ਼ੇਖਪੁਰਾ ਨੇ, ਉਹਨਾਂ ਵਾਸਤੇ ਵੀ ਖਬਰਾਂ ਕਲੈਪਿੰਗ ਕਰੋ। ਫਿਰ ਜਿਨ੍ਹਾਂ ਨੇ ਮਿਹਨਤ ਕੀਤੀ, ਮੁਹੰਮਦ ਬਿਲਾਵਲ ਹਜਰਾ ਕੇਸੀ ਸ਼ੇਖੂਪੁਰਾ, ਉਹਨਾਂ ਦੇ ਨਾਂ ਦੀਆਂ ਵੀ ਇੱਕ ਰਾਤ ਤਾੜੀਆਂ ਮਾਰ, ਇਹਨਾਂ ਦੀ ਹੌਸਲਾ ਅਫਜ਼ਾਈ ਕਰੋ ਮੁਹੱਬਤ ਨਾਲ, ਦਿਲ ਨਾਲ। ਉਸ ਤੋਂ ਬਾਅਦ ਮਲਕ ਮੁਹੰਮਦ ਮਨਸ਼ਾ ਜਿਹੜੇ ਕਿ ਸੀਓ ਮਿਊਨਸੀਪਲ ਕਮੇਟੀ ਨੇ, ਮੈਂ ਇਹਨਾਂ ਹਸਤੀਆਂ ਨੂੰ ਉਸ ਦੌਰ ਦਾ ਜਾਣਨਾ ਜਦੋਂ ਟੈਲੀਫੋਨ ਕਰਦੇ ਸਨ ਇਰਫਾਨ ਅੰਸਾਰੀ, ਅੱਜ ਇਸ ਜੱਜ ਦੀ ਮਹਿਫਲ ਹੈ, ਅੱਜ ਇਸ ਅਫਸਰ ਦੀ ਮਹਿਫਲ ਹੈ। ਅੱਜ ਅੱਲਾਹ ਨੇ ਇਹਨਾਂ ਨੂੰ ਇੰਨੀ ਇੱਜ਼ਤ ਦਿੱਤੀ ਹੈ ਕਿ ਇੱਕ ਫਕਰ ਦੇ ਦਰ ਦੇ ਉੱਤੇ ਉਹ ਵੇਖੋ ਦਿਨ ਰਾਤ ਤੁਹਾਡੇ ਵਾਸਤੇ ਮਿਹਨਤ ਕਰਦੇ ਨੇ। ਗੌਰਾ ਫਿਰ ਤੁਹਾਨੂੰ ਮਾਰੋ, ਇਹ ਮੀਡੀਆ ਵਾਲੇ ਬੈਠੇ ਨੇ, ਇਹਨਾਂ ਨੂੰ ਕੱਲ੍ਹ ਦੇ ਸੁਬਾਹ ਦੇ ਇਹ ਇਨਵਾਲਵ ਨੇ ਇੱਥੇ, ਇਹਨਾਂ ਦੀ ਆਉਣ ਵਾਲੇ ਮਲੰਗਾਂ ਨਾਲ ਬੋਲਿੰਗ, ਇਹਨਾਂ ਦਾ ਇਸ ਪੂਰੇ ਮਾਹੌਲ ਨੂੰ ਕੈਪਚਰ ਕਰਨਾ, ਇਹ ਸਾਰੇ ਸਾਫੀਆਂ ਦੇ ਨਾਂ ਦੀਆਂ ਵੀ ਇੱਕ ਰਾਤ ਤਾੜੀਆਂ ਮਾਰੋ ਸਰ। ਉਸ ਤੋਂ ਬਾਅਦ ਜਿਹੜੀ ਦਫ਼ਤਰ ਇੰਤਜ਼ਾਮੀਆਂ, ਦਫ਼ਤਰ ਇੰਤਜ਼ਾਮੀਆਂ ਜਿਹਦੇ ਵਿੱਚ ਇਹ ਲੋਕ ਨੇ, ਸਾਡੇ ਮੈਨੇਜਰ ਸਾਹਿਬ ਵੇਖੋ, ਯੰਗ ਮੈਨੇਜਰ ਹੈ ਸਾਜਿਦ ਚੌਹਾਨ ਸਾਹਿਬ, ਅਤੇ ਵੇਖੋ ਉਹਨਾਂ ਦੇ ਨਾਂ ਦੀਆਂ ਵੀ ਤਾੜੀਆਂ ਜੀ ਮਾਰ ਦਿਓ ਕਰਾਂ। ਲਓ ਦੋਸਤੋ, ਸਾਡਾ ਮਹਿਕਮਾ ਪੁਲਿਸ ਵੇਖੋ, ਦੋ ਤਿੰਨਾਂ ਸ਼ਿਫਟਾਂ ਦੇ ਵਿੱਚ ਇਹ ਮਹਿਕਮਾ ਡਿਊਟੀ ਦੇ ਰਿਹਾ ਹੈ, ਅਤੇ ਮਹਿਕਮਾ ਪੁਲਿਸ ਦੇ ਨਾਂ ਦੀਆਂ ਵੀ ਇੱਕ ਰਾਤ ਤਾੜੀਆਂ ਮਾਰ। ਸਾਡੇ ਦਰਮਿਆਨ ਸੈਦ ਮੁਹੰਮਦ ਸੁਲਤਾਨ ਮਜ਼ਰ, ਡੀਓ ਸ਼ੇਖੂਪੁਰਾ, ਡਿਸਟ੍ਰਿਕਟ ਐਜੂਕੇਸ਼ਨ ਅਫੀਸਰ ਤਸ਼ਰੀਫ ਫਰਮਾ ਨੇ, ਖੁਸ਼ਹਾਲ ਜੀ ਸ਼ਾਕਰ ਸਰ।
ਸੈਯਦ ਬਾਦਸ਼ਾਹ ਦਾ ਉਸ ਬੜੀ ਰੌਣਕ ਜਾਰੀ ਉਸਾਰੀ ਸੱਜਣ ਮਿੱਤਰ ਬੇਲੀ ਆ ਰਹੇ ਨੇ ਤੇ ਮੈਂ ਇੱਕ ਹੀ ਗੱਲ ਕਰਾਂਗਾ ਕਿ ਤੇਰੇ ਪਾਕ ਦਰਬਾਰ ਦੀ ਕਸਮ ਮੈਨੂੰ ਤੇਰੇ ਬੂਹੇ ਤੇ ਆਉਣ ਦੀ ਚਾਸ ਆ ਗਈ। ਕਿਆ ਬਾਤ ਹੈ, ਤੇਰੇ ਪਾਕ ਦਰਬਾਰ ਦੀ ਕਸਮ ਮੈਨੂੰ ਤੇਰੇ ਬੂਹੇ ਤੇ ਆਉਣ ਦੀ ਚਾਸ ਆ ਗਈ। ਮੇਰੀਆਂ ਸੁਣ ਕੇ ਤੈਨੂੰ ਵੀ ਦੁੱਖ ਹੋਇਆ, ਅੱਜ ਦੁੱਖੜਾ ਸੁਣਾਉਣ ਦੀ ਚਾਸ ਆ ਗਈ। ਮੇਰੇ ਜੈ ਕਮੀਨੇ ਦੇ ਨਾਲ ਲਾ ਕੇ ਤਿੰਨ ਤੋੜ ਨਿਭਾਉਣ ਦੀ ਚਾਸ ਆ ਗਈ। ਖਾਦਮ ਮੁੱਤਾਂ ਦਾ ਮਾਈ ਰੁੱਸਿਆ ਸੀ, ਅੱਜ ਯਾਰ ਮਨਾਉਣ ਦੀ ਚਾਸ ਆ ਗਈ। ਉਹਨਾਂ ਨੇ ਇੱਕ ਜੁਮਲਾ ਕਿਹਾ ਜਿਹੜਾ ਅਕਸਰ ਲੋਕ ਕਹਿੰਦੇ ਨੇ, ਚਾਚੇ ਬਾਬੇ ਸੁਣ ਰਹੇ ਹੋ ਮੇਰੀ ਗੱਲ, ਮੇਲਿਆਂ ਤੇ ਜਾਂਦੇ ਹੋਣਾ। ਉਹ ਕੱਲ ਇੱਕ ਮੈਨੂੰ ਨਾ ਪੜ੍ਹਿਆ ਲਿਖਿਆ ਬੰਦਾ ਕਹਿੰਦਾ ਇੱਥੇ ਕਹਿੰਦਾ ਰਫਾਨ ਸਾਰੀ ਜੀ ਬਿਲਕੁਲ ਉਹ ਕਹਿੰਦੇ ਨੇ ਮੇਲੇ ਤੋਂ ਇਲਾਵਾ ਜਾਈਏ ਨਾ, ਮੇਲੇ ਤੋਂ ਇਲਾਵਾ ਜੁਮਲਾ ਜਾਇਆ ਨਾ ਕਰਿਆ ਜੇ। ਪਤਾ ਕੀ ਗੱਲ ਹੈ, ਇਹ ਜੁਮਲੇ ਦੀ ਬਿਸਤੀ ਹੁੰਦੀ ਹੈ। ਫਿਰ ਅਲਵੇ ਉਹਨੇ ਕਿਹਾ ਮੇਲਿਆਂ ਤੋਂ ਇਲਾਵਾ ਜਾਈਏ ਬੜਾ ਮਜ਼ਾ ਆਉਂਦਾ। ਮੈਂ ਕਿਹਾ ਸਰ ਨਹੀਂ, ਮੈਂ ਇਹ ਗੱਲ ਇੱਕ ਦਰਵੇਸ਼ ਨੂੰ ਪੁੱਛੀ ਸੀ। ਮੈਂ ਕਿਹਾ ਬਾਬਾ ਲੋਕ ਇਹ ਬੜੀ ਗੱਲ ਕਰਦੇ ਨੇ, ਮੇਲਿਆਂ ਤੋਂ ਇਲਾਵਾ ਜਾਈਏ ਤੇ ਮਜ਼ਾ ਬੜਾ ਆਉਂਦਾ। ਮੈਂ ਕਿਹਾ ਸੋਹਣਿਆ, ਜਦੋਂ ਮੈਂ ਗੱਲ ਪੁੱਛੀ ਨਾ ਤੇ ਉਹ ਬਾਬਾ ਮੈਨੂੰ ਪਤਾ ਕਹਿੰਦਾ ਕਹਿੰਦਾ ਰਫਾਨ ਸਾਰੀ ਉਹ ਨਹੀਂ ਯਾਰ, ਇੰਨੀ ਨਹੀਂ ਸਵਾਦ ਆਉਂਦਾ। ਅੱਲਾ ਦੀ ਮਖਲੂਕ ਆਈ ਹੋਵੇ ਨਾ ਮੇਲੇ ਤੇ ਵਿੱਚ ਉਸਰ ਮੁਸਰ ਜਾਈਏ ਤੇ ਤਦ ਮੇਲਾ ਹੁੰਦਾ ਹੈ। ਉਹ ਕੋਈ ਧੱਕਾ ਪਵੇ, ਕੋਈ ਕੰਧ ਨੂੰ ਵੱਜੇ, ਕੋਈ ਤੇਰਾ ਸਿਰ ਵੱਜੇ, ਇਸ਼ਕ ਨਾਲ ਜਾਏ ਤੇ ਤੈਨੂੰ ਮੇਲੇ ਦਾ ਸਵਾਦ ਆਵੇ। ਪਤਾ ਕੀ ਗੱਲ ਹੈ, ਹਜ਼ਰਤ ਮੁਹਤਰਮ ਖਾਜਾ ਗੁਲਾਮ ਫਰੀਦ ਪਤਾ ਕੀ ਫਰਮਾਉਂਦੇ ਨੇ, ਉਹ ਘਰ ਘਰ ਦੇ ਵਿੱਚ ਥੁੰਮਾਂ ਪਈਆਂ, ਉਸ ਨੂੰ ਰਾਂਝੇ ਤੇ ਯਾਰ ਪਈਆਂ। ਅੱਜ ਉਸ ਰਾਂਝੇ ਦੀ ਗੱਲ ਹੈ ਜਿਹਦੀਆਂ ਇੱਕ ਨਹੀਂ ਕਈ ਹੀ ਛਦਾਈ ਨੇ। ਖਾਜਾ ਸਾਹਿਬ ਫਰਮਾਉਂਦੇ ਨੇ ਘਰ ਘਰ ਦੇ ਵਿੱਚ ਥੁੰਮਾਂ ਪਈਆਂ, ਉਸ ਨੂੰ ਰਾਂਝੇ ਤੇ ਯਾਰ ਪਈਆਂ। ਉਹ ਕਈ ਹੀਰਾਂ ਵਿੱਚ ਜੰਗ ਤੁਰ ਲਾਉਣ ਅਤੇ ਤਨ ਮਨ ਜਿਹੜੀਆਂ ਮਾਰਦੀਆਂ, ਕਈ ਸੱਸੀਆਂ ਵਿੱਚ ਥਲਾਂ ਦੇ ਰੁਲੀਆਂ ਅਤੇ ਤਾਂ ਵਹਾੜ ਦੀਦਾਰ ਦੀਆਂ, ਗੁਲਾਮ ਫਰੀਦਾ ਜੋ ਰਾਵਾਂ ਚੋਂ ਮੁੜੀਆਂ, ਉਰਵਾਰ ਦੀਆਂ ਨਾ ਉਰਵਾਰ ਦੀਆਂ ਨਾ ਪਾਰਦੀਆਂ। ਲਓ ਜੀ, ਸਾਡੇ ਦਰਮਿਆਨ ਇਹ ਖਾਲਦ ਕਾਦਰੀ ਬੈਠਾ, ਕਿੱਥੋਂ? ਫੈਸਲਾਬਾਦ ਤੋਂ। ਖੈਰ ਹੋਵੇ, ਇੱਥੋਂ ਕਰਾਚੀਓਂ ਲੋਕ ਆਏ ਨੇ, ਇੱਥੋਂ ਪਤਾ ਨਹੀਂ ਕਿੱਥੋਂ ਕਿੱਥੋਂ ਕੌਣ ਆਇਆ। ਇਹ ਜਿਹੜੇ ਬੰਦੇ ਮਿੱਟੀ 'ਤੇ ਬੈਠੇ ਨੇ ਨਾ, ਮੈਂ ਜ਼ਰੂਰ ਕਵਾਂਗਾ, ਖੁਦਾ ਜਾਣਦਾ ਸਾਨੂੰ 30-32 ਸਾਲ ਫੇਰ ਵਹਿੰਦੇ ਆ ਗਏ ਨੇ। ਇੱਥੇ ਉਹ ਮੈਲੇ ਕੱਪੜਿਆਂ ਵਾਲੇ ਬੈਠੇ ਨੇ ਵਿੱਚ, ਸਾਨੂੰ ਨਹੀਂ ਪਤਾ ਕੌਣ ਬੈਠਾ। ਜਿਹਨੂੰ ਸਮਝ ਲੱਗੀ ਇਹ ਨਾਰਾ ਮਾਰੇ, ਨਾਰਾ ਹੈਦਰੀ। ਇਹ ਨਹੀਂ ਕਹਿਣਾ ਮੈਂ ਉੱਥੋਂ ਆਇਆ, ਇੱਥੇ ਖਰੇ ਕਿੱਥੋਂ ਆਏ ਨੇ ਲੋਕ। ਕਿਉਂ ਜੀ ਬਲਾਲ ਸਾਹਿਬ, ਹਨੀਬ ਵਰਗੀ ਸਾਹਿਬ, ਨਸੀਰ ਸਾਹਿਬ, ਸਹੀ ਗੱਲ ਹੈ ਨਾ? ਤੋ ਇਹ ਫਕੀਰ ਦੀ ਬਾਰਗਾਹ, ਤੇਰੀ ਸਰਕਾਰ ਮੈਂ ਪਹੁੰਚੇ ਤੋ ਸਭੀ ਇੱਕ ਹੋਏ। ਹਜ਼ਰਤ ਮੁਹਤਰਮ ਖਾਲਦ ਕਾਦਰੀ ਸਾਹਿਬ ਆਓ, ਦੋ ਲੈਣਾ। ਇਹ ਵੇਖੋ, ਇੱਕ ਹੋਰ ਮਹਿਕਮਾ ਆਇਆ, ਇਹ ਮਹਿਕਮਾ ਸਿਕਿਉਰਿਟੀ ਬ੍ਰਾਂਚ ਹੈ। ਇਹ ਸਿਕਿਉਰਿਟੀ ਬ੍ਰਾਂਚ ਦਾ ਮਹਿਕਮਾ ਜਿਹੜਾ ਨਾ, ਇਹ ਵੇਖ ਲਓ, ਇਹ ਵੀ ਦਿਨ ਰਾਤ ਇੱਕ ਕਰਕੇ, ਇਹ ਪਤਾ ਕਿਹੜਾ ਮਹਿਕਮਾ ਹੈ, ਇਹਨੇ ਪੂਰੇ ਪੈਕੇਜ ਨੂੰ ਸਿਕਿਉਰਿਟੀ ਦੇਣੀ ਹੁੰਦੀ ਹੈ। ਜਿਹੜਾ ਈਵੈਂਟ ਹੋ ਰਿਹਾ, ਕਿਹਦੀ ਕਿੱਥੇ ਡਿਊਟੀ ਲਾਉਣੀ ਹੈ, ਕਿਹੜੀ ਸ਼ਿਫਟ ਬਣਾਉਣੀ ਹੈ, ਕੀ ਕਰਨਾ ਹੈ, ਇਹ ਕਰਨਾ ਹੈ, ਇਹ ਇਹਨਾਂ ਦੇ ਮਹਿਕਮੇ ਨੂੰ ਹੀ ਸਲਾਮ ਹੈ ਜੀ। ਮਹਿਕਮਾ ਸਿਕਿਉਰਿਟੀ ਬ੍ਰਾਂਚ ਦੇ ਨਾਂ ਦੀਆਂ ਤਾੜੀਆਂ ਜੀ ਸਾਰੇ। ਵੇਖੋ, ਇੱਜ਼ਤ ਇਹਨਾਂ ਦੀ ਬਣਦੀ ਹੈ, ਦਿਨ ਰਾਤ ਹੋ ਗਿਆ। ਲਓ ਜੀ, ਬਿਸਮਿਲ੍ਲਾ।
ਥੱਲੇ ਬਹਿ ਜਾਓ, ਕੋਈ ਗੱਲ ਨਹੀਂ ਯਾਰ। ਰਾਂਝੇ ਆਖਿਆ ਖਿਆਲ ਨਾ ਪੋ ਮੇਰੇ, ਛੀ ਸੱਪ ਫਕੀਰ ਦੇਸ ਕਿਹਾ, ਜਵਾਂਗ ਮੁਲਿਆ ਦੇਸ ਛੱਡੇ, ਅਸਾਂ ਜ਼ਾਤ ਸਫਾਤ ਤੇ ਕੇਸ ਕਿਆ। ਵਤਨ ਤੁਮਾਂ ਦੇ ਨਾਲ ਤੇ ਜ਼ਾਤ ਜੋਗੀ, ਸਾਡਾ ਸਾਕਿਕ ਬਿਰਲਾ ਵੇਖਿਆ, ਜਿਹੜਾ ਵਤਨ ਤੇਰਾ ਮਨ ਧਿਆਨ ਰੱਖੇ, ਵੇ ਦੁਨੀਆਦਾਰ ਹੈ ਉਧਰ ਵੇਖਿਆ, ਦੁਨੀਆ ਨਾਲ ਹੈ ਪਿਓਜ ਹੈ ਸੱਚਿਆ, ਪੱਥਰ ਜੋੜਨ ਨਾਲ ਸ੍ਰੇਸ਼ ਕਿਆ, ਜਿਨ ਖਾਕ ਦਰਖਾ ਕਫਨਾ, ਹੁਣ ਵਾਰਸੀ ਸ਼ਾਫਿਰ ਤਨਹਾਨੂੰ ਦਰਦ ਹੋਣਾ ਚਾਹੀਦਾ ਕਿੱਥੇ, ਦਰਦਮੰਦਾਂ ਨੂੰ ਨੀ ਲੋੜ ਤਬੀਬਾਂ, ਕੰਮ ਸਾਰੇ ਵਿੱਚ ਦਰਦਾਂ, ਉਹ ਦਰਦਮੰਦਾਂ ਨੂੰ ਮੌਲਾ ਮਿਲਦਾ, ਨਹੀਂ ਮਿਲਦਾ ਪਿਆ ਦਰਦ, ਆਹ ਵੀ ਅਤੀਕੋ ਰਮਾਨ ਸੁਣੋ ਸੁਣੋ ਪੰਜਾਬ ਹੋ ਗਈ, ਮੈਂ ਜਲਦੀ ਕਰਦਾ ਸਰ, ਪਲੀਜ਼ ਪਤਾ ਕੀ ਦੁਨੀਆ ਦੇਖੋ ਕਿੱਥੋਂ ਆਈ ਹੈ, ਸਾਡੇ ਕੋਲ ਇੱਕ ਸਕਿੰਟ ਦਾ ਟਾਈਮ ਹੈ, ਠੀਕ ਹੈ ਨਾ ਯਾਰ, ਤੁਸੀਂ ਛੱਡ ਦਿਓ ਮੇਰੇ ਹਿਸਾਬ 'ਚ, ਮੈਂ ਫੜੀ ਹਰ ਵਿੱਚ, ਜਲਦੀ ਕਰ ਲਓ ਨਾ, ਮਸੀਤੇ ਨਮਾਜ਼ ਪੜ੍ਹੀਂਦੀ ਹੋਵੇ ਤਾਂ ਡੱਕੀ ਦਾ ਨੀਣਾ ਵਿੱਚ ਤਿਆਰ ਹੋਇਆ ਜੀ, ਇੰਨਾ ਯਾਦ ਰੱਖਣਾ, ਛੱਡ ਦਿਓ, ਚਲੋ ਛੱਡ ਦਿਓ ਸਰ, ਅਸੀਂ ਫੜ ਲੈਂਦੇ ਹਾਂ, ਚਲੋ ਹੁਣ ਖਲੋ ਜਾਓ ਛੇ ਛੇਤੀ, ਦੇਖੋ ਕਿੰਨੇ ਬੰਦੇ ਤੁਹਾਨੂੰ ਵੇਖਣ ਦਾ ਯਾਰ, ਤੁਹਾਡੀ ਮਿਹਰਬਾਨੀ, ਮੀਡੀਆ ਵਾਲੇ ਜਿੰਨੇ ਵੀ ਨੇ ਕੋਸ਼ਿਸ਼ ਕਰਿਆ ਜੀ ਇੱਦਾਂ ਤੁਹਾਨੂੰ ਤੰਦਰੁਸਤੀ ਦੇਵੇ, ਇੱਥੇ ਉਹ ਕੋਈ ਹੱਥ ਚੰਜ ਛੇਤੀ ਫੜਾ ਕੇ ਤੇ ਤੁਰ ਪਓ, ਮੇਰਾ ਸਲਾਮ ਹੈ ਮੀਡੀਆ ਵਾਲਿਆਂ ਨੂੰ, ਉਹ ਅਗਰ ਤੁਸੀਂ ਹੀਰ ਪੜਨ ਵਾਲੇ ਰੋਕੋਗੇ ਨਾ ਤੇ ਵੇਖੋ ਐ ਪਤਾ ਨਹੀਂ ਕਿੱਥੇ ਕਿੱਥੇ ਇਸ ਟਾਈਮ ਪਹੁੰਚੇ ਨੇ ਆਪਣੇ ਮੁਰਸ਼ਦ ਦੀ ਯਾਦ ਵਿੱਚ। ਹੌਜ਼ ਬਿੱਲਾਹਿ ਮਿਨਸ਼ ਸ਼ੈਤਾਨਿਰ ਰਜੀਮ, ਬਿਸਮਿਲਲਾਹਿਰ ਰਹਿਮਾਨਿਰ ਰਹੀਮ, ਸਭ ਦੋਸਤਾਂ ਬਜ਼ੁਰਗਾਂ ਨੂੰ ਅਸਲਾਮੁ ਅਲੈਕੁਮ।
ਵਾਰਸ ਸ਼ਾਹ ਅਸੀ ਉਦਾਸ ਹੋਏ ਤੁਸੀਂ ਖੁਸ਼ਵਸ ਵਿੱਚ ਰੰਗ ਦੇ ਕਹਿੰਦਾ ਹੁਣ ਮੈਂ ਸਾਰਾ ਕੁਛ ਤੇ ਛੱਡ ਛੱਡਿਆ, ਹੁਣ ਕੀ ਮੰਗਦੇ ਹੋ ਮੇਰੇ ਤੋਂ? ਸਾਰਾ ਕੁਛ ਹੀ ਮੈਂ ਛੱਡਤਾ। ਹਜ਼ਰਤ ਮੁਹਤਰਮ, ਅਗਲਾ ਬੰਦਾ ਜੀ ਸ਼ਬੀਰ ਕਦੀਮੀ ਸਾਹਿਬ ਤਸ਼ਰੀਫ ਲਿਆਓ। ਸ਼ਬੀਰ ਕਦੀਮੀ ਸਾਹਿਬ ਬਸ ਛੇਤੀ ਆਈ ਜਾਓ, ਅਸਾਂ ਇਨਸ਼ਾਅੱਲਾ ਉਸ ਟਾਈਮ ਵਕਤ ਦੇ ਮੁਤਾਬਕ ਇਹ ਪੈਕੇਜ ਇੱਕ ਪਤਾ ਹੀ ਗੱਲ ਇਹ ਸਾਰੇ ਤੁਹਾਡੀ ਸੇਵਾ ਵਾਸਤੇ ਬੈਠੇ ਹਾਂ ਤੇ ਕਾਲੇ ਹੋ ਕੇ ਨਹੀਂ ਬਈਦਾ। ਜਦੋਂ ਫਕੀਰ ਕੋਲ ਤੇ ਅੱਲਾਹ ਦੀ ਬਾਰਗਾਹ 'ਚ ਜਾਈਏ ਨਾ ਤੇ ਬੜੇ ਮੁਹੱਬਤ ਦੇ ਨਾਲ ਜਿਸ ਤਰ੍ਹਾਂ ਤੁਸੀਂ ਬੈਠੇ ਹੋ ਸ਼ੁਰੂ ਤੋਂ, ਕਿੱਡੀ ਕਿੱਡਾ ਸਕੂਨ ਆ ਰਿਹਾ ਫਕੀਰ ਦੀ ਬਾਰਗਾਹ 'ਚ ਬਹਿ ਕੇ, ਕਿੱਡੀ ਤਵੱਜੋ ਨਾਲ ਤੁਸੀਂ ਸੁਣ ਰਹੇ ਹੋ। ਲਓ ਜੀ ਸ਼ਬੀਰ ਕਦੀਮੀ ਸਾਹਿਬ ਗਿਰਦ ਹੋਏ ਤੇ ਗਿਲਾ ਸਪਣਾ ਦਾ ਅਸਾਂ
ਚੱਲਿਆ
ਚੱਲਿਆ ਆਈ ਸਾਹਿਬ।